ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਜਦੋਂ ਆਪਾਂ ਪਾਠ ਕਰਦੇ ਆ ਤਾਂ ਆਪਾਂ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਹਰ ਸੰਭ 可能 ਕੋਸ਼ਿਸ਼ ਕਰਦੇ ਆ ਤੇ ਉਦੋਂ ਆਪਾਂ ਕਈ ਵਾਰ ਆਮ ਕਰਕੇ ਇਹ ਵੀ ਕਹਿੰਨੇ ਆ ਵੀ ਰੱਬ ਸਾਨੂੰ ਕੋਈ ਸੰਕੇਤ ਦੇਵੇ ਤੇ ਹੁਣ ਸਾਡੇ ਦੁੱਖ ਘਟਣ ਕਿਉਂਕਿ ਜੋ ਵੀ ਖੁਸ਼ੀ ਵਾਲੇ ਦਿਨ ਹੁੰਦੇ ਨੇ ਉਹ ਬੜੀ ਜਲਦੀ ਲੰਘ ਜਾਂਦੇ ਨੇ ਤੇ ਜਦੋਂ ਦੁੱਖ ਹੁੰਦਾ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਕੱਢਣਾ ਵੀ ਔਖਾ ਹੋ ਜਾਂਦਾ ਵੀ ਜਦੋਂ ਆਪਾਂ ਪਾਠ ਕਰੀਏ ਤਾਂ ਆਪਾਂ ਇਹ ਅਰਦਾਸ ਕਰਦੇ ਆਂ ਵੀ ਰੱਬਾ ਕੋਈ ਐਸਾ ਕਰੋ ਵੀ ਮੇਰਾ ਮਨ ਹੌਲਾ ਹੋ ਜਾਏ ਤੇ ਐਵੇਂ ਲੱਗੇ ਵੀ ਹੁਣ ਮਾੜੇ ਦਿਨ ਲੰਘਣ ਵਾਲੇ ਨੇ ਵੇਖੋ ਸਭ ਤੋਂ ਪਹਿਲਾਂ ਤਾਂ ਕੁਝ ਦੁੱਖ ਤਾਂ ਆਪਾਂ ਆਪ ਹੀ ਆਪਣੇ ਕਿਤੇ ਕਰਮਾਂ ਦੇ ਕਾਰਨ ਭੁਗਤਿਆ ਤੇ ਕੁਝ ਐਵੇਂ ਦੇ ਹੁੰਦੇ ਨੇ ਜੋ ਸਾਨੂੰ ਅੱਗੇ ਵਧਣ ਲਈ ਹੁੰਦੇ ਨੇ ਆਪਾਂ ਨੂੰ ਲੱਗਦਾ ਵੀ ਦੁੱਖ ਨੇ ਪਰ ਅਸਲ ਵਿੱਚ ਆਪਾਂ ਨੂੰ ਮਜ਼ਬੂਤ ਬਣਾ ਦਿੰਦੇ ਨੇ ਤੇ ਤਰੱਕੀਆਂ ਵੱਲ ਲੈ ਜਾਂਦੇ ਨੇ ਕਿਹਾ ਜਾਂਦਾ ਹੈ ਜੇਕਰ ਘਰ ਵਿੱਚ ਚਿੜੀ ਆਵੇ ਜਿਹਨੂੰ ਆਪਾਂ ਚਿੜੀ ਕਹਿੰਦੇ ਆ ਇੰਗਲਿਸ਼ ਦੇ ਵਿੱਚ ਉਹਨੂੰ ਕਿਹਾ ਜਾਂਦਾ ਹਾਊਸ ਪੈਰੋ ਤੇ ਹਿੰਦੀ ਦੇ ਵਿੱਚ ਉਹਨੂੰ ਕਹਿੰਦੇ ਨੇ ਬੀ ਗੋਰੀਆ ਤੇ ਇਹ ਜਦੋਂ ਆਪਣੇ ਘਰ ਆਵੇ ਨਾ ਤਾਂ ਸਮਝੋ ਮਾੜਾ ਸਮਾਂ ਜਾਣ ਵਾਲਾ ਜਦੋਂ ਵੀ ਕਦੀ ਐਵੇਂ ਦਾ ਪੰਛੀ ਦਿਸੇ ਤਾਂ ਹਮੇਸ਼ਾ ਨੂੰ ਚੋਗਾ ਪਾਓ ਹਰ ਇੱਕ ਚੀਜ਼ ਆਪਾਂ ਨੂੰ ਕੋਈ ਨਾ ਕੋਈ ਸੰਕੇਤ ਦਿੰਦੀ ਹੈ ਉਹ ਗੱਲ ਵੱਖ ਹੈ ਆਪਾਂ ਅਨਜਾਨ ਹੁੰਨੇ ਕਿਹਾ ਜਾਂਦਾ ਹੈ ਵੀ ਜੇ ਕਿਸੇ ਘਰ ਮਾੜਾ ਸਮਾਂ ਆਉਣ ਵਾਲਾ ਹੋਵੇ ਨਾ ਤੇ ਉੱਥੇ ਜਨੌਰ ਪੰਛੀ ਆਉਣਾ ਬੰਦ ਕਰ ਦਿੰਦੇ ਨੇ ਜੇ ਕਰ ਜਾਨਵਰ ਪੰਛੀ ਆਉਣ ਤਾਂ ਫਿਰ ਉਹਨਾਂ ਨੂੰ ਜ਼ਰੂਰ ਦਾਣਾ ਪਾਓ ਜੇ ਕੋਈ ਆਪਣੇ ਘਰ ਅਚਾਨਕ ਆ ਜਾਵੇ ਤਾਂ ਉਹ ਰੱਬ ਦਾ ਰੂਪ ਹੁੰਦਾ ਹੈ ਤਾਂ ਹਮੇਸ਼ਾ ਉਹਨਾਂ ਦਾ ਆਦਰ ਸਤਕਾਰ ਕਰਿਆ ਕਰੋ ਜੋ ਇਹਨਾਂ ਦਾ ਨਿਰਾਦਰ ਕਰਦਾ ਉਹ ਬਹੁਤ ਸਾਰੇ ਦੁੱਖ ਤੇ ਮੁਸ਼ਕਿਲਾਂ ਝੋਲੀਆਂ ਪਵਾ ਲਿੰਦਾ ਜੇ ਆਪਣੇ ਘਰ ਹਰ ਰੋਜ਼ ਕੋਈ ਕੁੱਤਾ ਜਾਂ ਕੋਈ ਜਾਨਵਰ ਆਉਂਦੇ ਉਸ ਨੂੰ ਪ੍ਰਸ਼ਾਦਾ ਪਾਉਣਾ ਚਾਹੀਦਾ ਪਰ ਕਦੀ ਵੀ ਕਿਸੇ ਨੂੰ ਐਵੇਂ ਮਾਰੋ ਨਾ ਤੇ ਨਾ ਹੀ ਕੋ ਝਿੜਕੋ ਜੇ ਨਹੀਂ ਕੁਝ ਪਾਣਾ ਤਾਂ ਹੀ ਮਾਰੋ ਨਾ ਹਮੇਸ਼ਾ ਆਪਣੀ ਜੋ ਛੱਤ ਹੈ ਨਾ ਉਹਦੇ ਦਾਣਾ ਪਾਣੀ ਜ਼ਰੂਰ ਰੱਖੋ ਫਿਰ ਦੇਖਿਓ ਰੱਬ ਕਿਵੇਂ ਸੁਣਦਾ ਜੇ ਆਪਾਂ ਦੂਜਿਆਂ ਦੀ ਮਦਦ ਕਰਾਂਗੇ ਤੇ ਰੱਬ ਵੀ ਆਪਣੀ ਮਦਦ ਕਰੂਗਾ